ਸੰਯੁਕਤ ਕਿਸਾਨ ਮੋਰਚੇ ਤੇ ਦਿੱਲੀ ਨੂੰ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਕਿਸਾਨ ਪੰਚਾਇਤ ਹੋਣੀ ਹੈ ਉਹਦੇ ਵਾਸਤੇ ਲਗਭਗ 200 ਤੋਂ 250 ਕਿਸਾਨ ਇੱਥੇ ਇਕੱਠਾ ਹੋਏ ਹਨ। ਕੁਛ ਸਾਡੇ ਕਿਸਾਨ ਜਿਹੜੇ ਆਪਣਾ ਪੰਜਾਬ ਮੇਲ ਤੇ ਕੋਟਕਪੂਰੇ ਚੜ੍ਹਨਗੇ, ਵੱਡੀ ਗਿਣਤੀ ਸੀ ਤੇ ਸਾਡੇ ਕਿਸਾਨ ਜੁਨ ਕਾਦੀਆਂ ਦਾ 300 ਸਵਾ 300 ਬੰਦਾ ਅਸੀਂ ਉਸ ਪੰਚਾਇਤ ਵਿੱਚ ਹਿੱਸਾ ਲੈਣ ਜਾ ਰਹੇ ਹਾਂ। ਤੇ ਲੱਗਦਾ ਨੀਗਾ ਕਿਸੇ ਟਾਈਮ ਤੁਸੀਂ ਟਰੈਕਟਰ ਟਰਾਲੀਆਂ ਨੂੰ ਲੈ ਕੇ ਦਿੱਲੀ ਕੂਚ ਕੀਤਾ ਸੀਗਾ ਤੇ ਐਤਕੀ ਤੁਹਾਡਾ ਇੱਕ ਵੱਖਰਾ ਹੀ ਅੰਦਾਜ਼ ਆ, ਕੀ ਕਾਰਨ? ਇਹ ਜੀ ਪੂਰੇ ਇਲੈਕਸ਼ਨ ਆ ਗਿਆ ਕਿਉਂਕਿ ਹੁਣ ਲੰਬਾ ਸਮਾਂ ਮੋਰਚਾ ਚਲਾਉਣ ਦਾ ਕੋਈ ਤੁੱਕ ਨਹੀਂ ਬਣਦੀ ਗੀ। ਅਸੀਂ ਇੱਕ ਵਾਰਨਿੰਗ ਦੇਣ ਚੱਲੇ ਹਾਂ, ਇੱਕ ਦਿਨ ਦੀ ਸਾਡੀ ਇਹ ਉੱਥੇ ਕਿਸਾਨ ਮਹਾਂ ਪੰਚਾਇਤ ਹੈ ਕਿਉਂਕਿ ਥੋੜ੍ਹੇ ਦਿਨਾਂ ਦੇ ਵਿੱਚ ਹੀ ਜਿਹੜਾ ਜਾਬਤਾ ਲੱਗਣ ਵਾਲਾ ਹੈ ਕਿਉਂਕਿ ਆਉਂਦੇ ਸਮੇਂ ਦੇ ਵਿੱਚ ਇਹ ਮੁੱਦਾ ਵਿਚਾਰਿਆ ਜਾਊਗਾ ਤਾਂ ਕਿ ਜਿਹੜੀਆਂ ਵੱਖ ਵੱਖ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਐਮ ਪੀ ਦੀਆਂ ਉਹਦੇ ਵਿੱਚ ਅਸੀਂ ਜਾ ਕੇ ਦੱਸੀਏ, ਜਿਵੇਂ ਅਸੀਂ ਬੰਗਾਲ ਦੇ ਵਿੱਚ ਵੋਟ ਦੀ ਚੋਟ ਦੇ ਵਿੱਚ ਇਹਨਾਂ ਨੂੰ ਹਰਾਇਆ ਸੀ, ਇਸੇ ਤਰ੍ਹਾਂ ਅਸੀਂ ਗਾਂਹ ਵਾਸਤੇ ਇੱਕ ਫੈਸਲਾ ਸਾਡੇ ਕਿਸਾਨ ਆਗੂ ਇਹ ਲੈਣਗੇ ਕਿ ਬੇਸ਼ੱਕ ਕਿਸੇ ਨੂੰ ਜਿਹਨੂੰ ਮਰਜ਼ੀ ਵੋਟ ਪਾ ਦਿਓ ਪਰ ਬੀ ਜੇ ਪੀ ਨੂੰ ਵੋਟ ਨਾ ਪਾਇਓ ਕਿਉਂਕਿ ਇਹ ਹਰੇਕ ਥਾਂ 'ਤੇ ਇਹਨੇ ਹਿੰਦੁਸਤਾਨ ਨੂੰ ਇਸ ਪੱਧਰ ਤੱਕ ਜ਼ੀਰੋ ਕਰਤਾ ਇਹਨੇ ਵੇਚਤਾ ਕਿ ਸਾਡੇ ਜਿਹੜੇ ਆਮ ਲੋਕਾਂ ਨੂੰ ਜਿੰਨਾ ਚਿਰ ਇਹ ਲੜਾਈ ਨਹੀਂ ਲੜਨਗੇ ਅਤੇ ਇਹ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਤੁਰਦੇ ਹੋ ਜਾਣਗੇ। ਸਾਨੂੰ ਇਹ ਫੈਸਲਾ ਅੱਖ ਕੇ ਲੈਣਾ ਪਿਆ ਕਿ ਕਾਰਪੋਰੇਟ ਘਰਾਣਿਆਂ ਨਾਲ ਐਮ ਐਸ ਪੀ ਨੇ ਵੀ ਲੜਦੇ ਹਾਂ ਪਰ ਐਮ ਐਸ ਪੀ ਜਿਹੜੀ ਹੈਗੀ ਹੈ ਨਾ ਇਹ ਕਾਰਪੋਰੇਟ ਘਰਾਣਿਆਂ ਦੀ ਦੱਬੀ ਹੋਈ ਹੈ। ਕਾਰਪੋਰੇਟ ਘਰਾਣਿਆਂ ਦੇ ਜਿਹੜੇ ਮੋਦੀ ਆ ਜਾਂ ਅਮਿਤ ਸ਼ਾਹ ਇਹ ਕਰਿੰਦੇ ਆ, ਇਹ ਉਹਦੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਲੀਹਾਂ 'ਤੇ ਚੱਲ ਕੇ ਅਤੇ ਇਹ ਆਪਦੇ ਆਵਾਮ ਦੇ ਨਾਲ ਧੋਖਾ ਕਰ ਰਹੇ ਆ। ਆਪਦਾ ਆਵਾਮ ਜੇ ਈ ਵੀ ਐਮ ਰਾਈ ਵੋਟਾਂ ਨਾ ਪੈਣ ਅਤੇ ਨਾ ਇਹ ਸਰਕਾਰ ਬਣੇ ਤੇ ਨਾ ਹੀ ਕਾਰਪੋਰੇਟ ਘਰਾਣਿਆਂ ਦਾ ਇਹਨੇ ਇੱਥੇ ਕੋਈ ਰਿਪੋਰਟ ਨੇ ਕਿਹਾ ਸੀ ਕਿ ਕਿਸਾਨ ਜਿਹੜਾ ਹੈਗਾ ਸੜਕਾਂ 'ਤੇ ਆਣ ਕੇ ਜਿਹੜਾ ਆਪਦਾ ਪ੍ਰਦਰਸ਼ਨ ਕਰਦੇ ਆ ਉਹਦੇ ਨਾਲ ਜਿਹੜਾ ਦਿੱਲੀ ਦੀ ਜਨਤਾ ਨੂੰ ਜਿਹੜੀ ਪਰੇਸ਼ਾਨੀ ਹੁੰਦੀ ਆ, ਪਰੰਤੂ ਅਸੀਂ ਉਸ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਧਿਆਨ 'ਚ ਰੱਖਦੇ ਹੋਏ ਆਪਣੇ ਵੱਲੋਂ ਜਿਹੜਾ ਹੈਗਾ ਰੇਲਾਂ ਦੇ ਮਾਧਿਅਮ ਰਾਹੀਂ ਜਾ ਰਹੇ ਹਾਂ ਤਾਂ ਕਿ ਅਸੀਂ ਆਪਣੀ ਜਿਹੜੀ ਉੱਥੇ ਸ਼ਮੂਲੀਅਤ ਕਰ ਸਕੀਏ ਕਿਉਂਕਿ ਜਿਹੜਾ ਕੇਂਦਰ ਸਰਕਾਰ ਦੀਆਂ ਮਨਸੂਬੇ ਆ ਜਾਂ ਜਿਹੜੀਆਂ ਇਹਨਾਂ ਦੀਆਂ ਚਾਲਾਂ ਨੇ ਉਹ ਬਹੁਤ ਕੋਝੀਆਂ ਨੇ, ਕਿਸਾਨ ਮਾਰੂ ਨੇ ਅਤੇ 5 ਸਾਲਾਂ ਦੇ ਵਿੱਚ ਇਹਨਾਂ ਨੇ ਦੇਸ਼ ਦਾ ਜਿਹੜਾ ਹੈਗਾ ਆਰਥਿਕਤਾ ਦਾ ਬਿਲਕੁਲ ਦੁਬਾਲਾ ਕੱਢਤਾ। ਅਤੇ ਦਿੱਲੀ ਪਹੁੰਚ ਕੇ ਕਿਹੋ ਜਿਹੇ ਮੁੱਦੇ ਤੁਹਾਡੇ ਵੱਲੋਂ ਵਿਚਾਰੇ ਜਾਣੇ ਆ ਉੱਥੇ? ਇਸ ਸਕੀਮ ਦੀ ਜਿਹੜੀ ਕਿਸਾਨ ਮਹਾਂ ਪੰਚਾਇਤ ਆ ਜਿਹਦੇ ਵਿੱਚ ਸਾਰੇ ਹਿੰਦੁਸਤਾਨ ਤੋਂ ਵੱਖ ਵੱਖ ਰਾਜਾਂ ਤੋਂ ਜਥੇਬੰਦੀਆਂ ਪਹੁੰਚ ਰਹੀਆਂ, ਉੱਥੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਰਕਾਰ ਨੂੰ ਟੱਕਰ ਦੇਣੀ ਹੈ ਜਾਂ ਕਿਸ ਤਰ੍ਹਾਂ ਦੀਆਂ ਪਾਰਟੀਆਂ ਦੇ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਆਪਦੇ ਵਾਅਦੇ ਕਰਨਗੇ ਉਹਨੂੰ ਲੀਗਲ ਬਣਾਉਣ ਵਾਸਤੇ ਵਿਚਾਰਾਂ ਕੀਤੀਆਂ ਜਾਣਗੀਆਂ। ਜਿਹੜਾ ਇਸ ਸਕੀਮ ਦੀ ਸੰਯੁਕਤ ਮੋਰ ਦੇ ਹਿੰਦੁਸਤਾਨ ਮਹਾਂ ਪੰਚਾਇਤ ਆ ਉਹਦੇ ਵਿੱਚ ਜੋ ਸਾਡੀਆਂ ਮੰਗਾਂ ਹੈਗੀਆਂ ਐਮ ਐਸ ਪੀ ਦੀਆਂ ਅਤੇ ਹੋਰ ਜੋ ਸਾਡੇ ਕਿਸਾਨੀ ਮੁੱਦੇ ਆ ਉਹਦੇ ਵਿੱਚ ਮਹਾਂ ਪੰਚਾਇਤ ਹੋਣ ਜਾ ਰਹੀ ਹੈ, ਉਹਦੇ ਵਿੱਚ ਅਸੀਂ ਸ਼ਾਮਿਲ ਹੋਣ ਜਾ ਰਹੇ ਹਾਂ। ਤਕਰੀਬਨ ਇਹ 250 ਤੋਂ 300 ਬੰਦਾ ਜਿਹੜਾ ਮੋਗੇ ਤੋਂ ਬਿਲੋਂਗ ਕਰਦਾ ਕਾਦੀਆਂ ਸਾਹਿਬ ਦੇ ਜਿਹੜੇ ਮੈਂਬਰ ਆ ਕਿਸਾਨ ਯੂਨੀਅਨ ਦੇ ਉਹ ਸਾਡੇ ਨਾਲ ਜਾ ਰਹੇ ਆ। ਅਤੇ ਕਿਹੋ ਜਿਹੀਆਂ ਨੀਤੀਆਂ ਲਿਖੀਆਂ ਜਾਣਗੀਆਂ, ਕਿਹੋ ਜਿਹੇ ਮੁੱਦਿਆਂ 'ਤੇ ਵਿਚਾਰ ਕੀਤਾ? ਮੁੱਦੇ ਇਹ ਜਿਹੜੇ ਆਪਣੇ ਜਿਵੇਂ ਸਾਡੀ ਆਪਣੀ MSP ਆ, MSP ਬਾਬਤ ਹੋਰ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਆਰਥਿਕ ਹਾਲਤ ਨੂੰ ਵੇਖਦੇ BJP ਜਿਹੜੀ ਧੱਕਾ ਕਰ ਰਹੀ ਆ ਉਹਦੇ ਸੰਬੰਧ ਦੇ ਵਿੱਚ ਜਿਹੜੀ ਹੈ ਮਹਾਂਪੰਚਾਇਤ ਜਾ ਰਹੀ ਹੈ। ਜਿੱਥੇ ਮਰਜ਼ੀ ਥਾਂ ਮਿਲਦਾ ਲੱਗਦਾ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਖੜੂਗੀ? ਹੱਕ ਲੱਗਦਾ ਹੀ ਪੂਰਾ ਲੱਗੂਗਾ ਜੀ, ਜੇ ਨਾ ਲੱਗੂਗਾ ਤਾਂ ਜਿਹੜਾ ਧਰਨਾ ਜਿਹੜਾ ਅਗਾਂਹ ਲੀਕਿਆ ਜਾਊਗਾ ਕਿਉਂਕਿ ਇੱਕ ਤਾਂ ਚੋਣਾਂ ਆ ਜਾਣੀਆਂ, ਇੱਕ ਸੀਜ਼ਨ ਆ ਜਾਣਾ ਕਣਕ ਦਾ, ਕਿਸਾਨ ਵਿੱਚ ਜੁੱਟ ਜਾਣੇ ਆ, ਉਹ ਤੋਂ ਬਾਅਦ ਲੀਕਿਆ ਜਾਊਗਾ ਜੋ ਮਹਾਂਪੰਚਾਇਤ ਫੈਸਲਾ ਕਰੂਗੀ ਉਹ 'ਤੇ ਹੀ ਫੁੱਲ ਚੜਾਵਾਂਗੇ।